ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਇੱਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਕੈਸ਼ ਲੁੱਟ ਕੇ ਉੱਥੋਂ ਫਰਾਰ ਹੋ ਗਏ ਨੇ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਲੁਟੇਰੇ ਨਜ਼ਰ ਵੀ ਆਏ ਨੇ ਜੋ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ। ਇੱਕ ਬਾਈਕ ਦੇ ਉੱਤੇ ਤਿੰਨ ਲੁਟੇਰੇ ਸਵਾਰ ਹੋ ਕੇ ਆਉਂਦੇ ਨੇ। ਪਹਿਲਾਂ ਤਾਂ ਰੈਸਟੋਰੈਂਟ ਦੇ ਬਾਹਰ ਆਪਣੀ ਬਾਈਕ ਖੜੀ ਕਰਦੇ ਨੇ, ਮੂੰਹ ਬੰਨੇ ਹੋਏ ਨੇ ਸਾਰਿਆਂ ਨੇ, ਅਤੇ ਜਿਵੇਂ ਹੀ ਇਹ ਰੈਸਟੋਰੈਂਟ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਸਾਹਮਣੇ ਉਹ ਕੰਮ ਆ ਰਿਹਾ ਹੁੰਦਾ ਹੈ ਜਿਸ ਨੂੰ ਇਹ ਧੱਕਾ ਮਾਰ ਦਿੰਦੇ ਨੇ, ਤੇ ਉੱਧਰ ਰੈਸਟੋਰੈਂਟ ਦਾ ਮਾਲਕ ਵੀ ਗੱਲੇ ਦਾ ਕੈਸ਼ ਗਿਣ ਰਿਹਾ ਹੁੰਦਾ ਹੈ। ਇਸੇ ਦੌਰਾਨ ਹੀ ਲੁਟੇਰੇ ਆਉਂਦੇ ਨੇ। ਪਹਿਲਾਂ ਤਾਂ ਇਸ ਰੈਸਟੋਰੈਂਟ ਦੇ ਮਾਲਕ ਦੇ ਨਾਲ ਹੱਥੋਂ ਪਾਈ ਕਰਦੇ ਨੇ, ਫਿਰ ਇਹਨਾਂ ਦੇ ਵਿੱਚੋਂ ਇੱਕ ਲੁਟੇਰਾ ਉਸਨੂੰ ਰਿਵਾਲਵਰ ਦਿਖਾਉਂਦਾ ਹੈ, ਜਿਸ ਕਰਕੇ ਰੈਸਟੋਰੈਂਟ ਮਾਲਕ ਵੀ ਸਾਈਡ ਤੇ ਖੜਾ ਹੋ ਜਾਂਦਾ ਹੈ, ਤੇ ਫਿਰ ਇੱਕ ਲੁਟੇਰਾ ਗੱਲੇ ਦੇ ਵਿੱਚੋਂ ਸਾਰਾ ਕੈਸ਼ ਕੱਢ ਕੇ ਟੇਬਲ ਤੇ ਰੱਖਣਾ ਸ਼ੁਰੂ ਕਰ ਦਿੰਦਾ ਹੈ, ਜਦਕਿ ਦੂਜਾ ਲੁਟੇਰਾ ਜਿਸ ਦੇ ਹੱਥ ਵਿੱਚ ਰਿਵਾਲਵਰ ਸੀ ਵਾਪਸ ਰਿਵਾਲਵਰ ਆਪਣੀ ਜੇਬ 'ਚ ਰੱਖਦਾ ਹੈ ਤੇ ਕੈਸ਼ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ। ਮਿੰਟਾਂ ਦੇ ਵਿੱਚ ਇਹ ਲੁਟੇਰੇ ਸਾਰਾ ਕੈਸ਼ ਲੁੱਟ ਕੇ ਫਰਾਰ ਹੋ ਜਾਂਦੇ ਨੇ, ਤੇ ਜਾਂਦੇ ਜਾਂਦੇ ਇਸ ਕਾਮੇ ਦਾ ਤੇ ਰੈਸਟੋਰੈਂਟ ਦੇ ਮਾਲਕ ਦਾ ਜੋ ਟੇਬਲ ਤੇ ਮੋਬਾਈਲ ਪਿਆ ਹੁੰਦਾ ਹੈ ਦੋਵਾਂ ਦੇ ਮੋਬਾਈਲ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ, ਜਿੱਥੇ ਇੱਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਤ ਵੇਲੇ ਜਦੋਂ ਇਹ ਰੈਸਟੋਰੈਂਟ ਬੰਦ ਹੋਣ ਵਾਲਾ ਸੀ, ਕਾਮਾ ਦਰਵਾਜ਼ਾ ਬੰਦ ਕਰਨ ਜਾਂਦਾ ਹੈ, ਪਰ ਉਸ ਤੋਂ ਪਹਿਲਾਂ ਹੀ ਲੁਟੇਰੇ ਰੈਸਟੋਰੈਂਟ ਦੇ ਅੰਦਰ ਦਾਖਲ ਹੋ ਜਾਂਦੇ ਨੇ, ਤੇ ਉਸ ਦੌਰਾਨ ਇਹ ਰੈਸਟੋਰੈਂਟ ਦਾ ਮਾਲਕ ਵੀ ਸਾਰੇ ਦਿਨ ਦੀ ਕਮਾਈ ਜੋ ਕੀਤੀ ਹੁੰਦੀ ਹੈ ਗੱਲੇ ਦੇ ਵਿੱਚ ਕੈਸ਼ ਗਿਣ ਰਿਹਾ ਹੁੰਦਾ ਹੈ। ਇਸੇ ਦੌਰਾਨ ਹੀ ਲੁਟੇਰੇ ਆਉਂਦੇ ਨੇ, ਰਿਵਾਲਵਰ ਦਿਖਾਉਂਦੇ ਨੇ, ਸਾਰਾ ਕੈਸ਼ ਤੇ ਮੋਬਾਈਲ ਲੈ ਕੇ ਫਰਾਰ ਹੋ ਜਾਂਦੇ ਨੇ। ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਲੁਟੇਰੇ ਮਿੰਟਾਂ ਦੇ ਵਿੱਚ ਉਸਦੇ ਸਾਰੇ ਦਿਨ ਦੀ ਕਮਾਈ ਲੈ ਕੇ ਫਰਾਰ ਹੋ ਗਏ ਨੇ। ਉਧਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਸਰ ਕੱਲ 10:05 ਦਾ ਟਾਈਮ, ਠੀਕ ਹੈ ਸਰ, ਤੇ ਤਿੰਨ ਬੰਦੇ ਆਏ ਸੀ, ਮੂੰਹ ਲੇਟਿਆ ਸੀ ਉਹਨਾਂ ਨੇ, ਮੂੰਹ ਲੇਟਿਆ ਸੀ ਉਹ ਤਿੰਨੇ ਬੰਦੇ ਆਏ, ਇੱਕ ਮੇਰਾ ਸਟਾਫ ਮੈਂਬਰ ਸੀ ਤੇ ਇੱਕ ਮੈਂ ਹਾਂ, ਦੋ ਜਣੇ ਹਾਂ ਉਸ ਟਾਈਮ, ਤੇ ਆਪਣਾ ਮੇਰਾ ਜਿਹੜਾ ਸਟਾਫ ਮੈਂਬਰ ਸੀ ਉਹ ਬਾਹਰ ਗੇਟ ਵੱਲ ਜਾਂਦਾ ਪਿਆ ਸੀ, ਉਹਨੇ ਗੇਟ ਨੂੰ ਹੱਥ ਹੀ ਲਾਇਆ ਤੇ ਉੱਧਰੋਂ ਤਿੰਨ ਬੰਦੇ ਆਏ, ਉਹਨਾਂ ਗੇਟ ਨੂੰ ਧੱਕਾ ਮਾਰਿਆ ਤੇ ਮੇਰਾ ਸਟਾਫ ਮੈਂਬਰ ਇੱਧਰ ਸਾਈਡ ਤੇ ਹੋ ਗਿਆ। ਉਹ ਜਿਹੜੇ ਦੋ ਬੰਦੇ ਸਿੱਧਾ ਮੇਰੇ ਨਾਲ ਆਏ ਹੱਥੋਂ ਬਾਈ ਹੋਣ ਲੱਗ ਪਏ, ਤੇ ਮੇਰੇ ਕੋਲ ਜਿਹੜਾ ਮੇਰੇ ਹੱਥ ਕੈਸ਼ ਸੀ ਉਹ ਕੈਸ਼ ਖੋਲਿਆ ਤੇ ਗੱਲੇ ਦਾ ਜਿਹੜਾ ਕੈਸ਼ ਸੀ ਸਾਰਾ ਕੈਸ਼ ਲੈ ਗਏ ਸਰ। ਕਿੰਨਾ ਕੈਸ਼ ਸਰ? 25,000 ਰੁਪਇਆ ਕੈਸ਼ ਸੀ, ਨਾਲ ਦੋ ਮੋਬਾਈਲ ਲੈ ਕੇ ਗਏ ਨੇ। ਨਹੀਂ ਸਰ, ਪਿਸਟਲ ਜਿਹੜਾ ਉਹਨਾਂ ਨੇ ਪਹਿਲਾਂ ਆਣ ਕੇ ਮੇਰੇ ਇੱਥੇ ਲਾਇਆ ਸੀ ਤੇ ਬਾਅਦ ਵਿੱਚ ਦੋਨੋਂ ਆਣ ਕੇ ਹੱਥੋਂ ਪਾਈ ਕਰਨ ਲੱਗ ਪਏ। ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ? ਹਾਂਜੀ ਹਾਂਜੀ ਸਰ, ਉਹ ਆਪਣੇ ਤਰਫ ਪੂਰੀ ਕਾਰਵਾਈ ਦੇ ਕਰਨ ਸਰ। ਪੁਲਿਸ ਕਹਿੰਦੀ ਵੀ ਜਲਦ ਤੋਂ ਜਲਦ ਮੁਜ਼ਰਿਮ ਫੜੇ ਜਾਣਗੇ ਬਾਈ। ਇਸ ਤੋਂ ਪਹਿਲਾਂ ਵੀ ਆਪਣਾ ਘਟਨਾ ਵਾਦਾ ਕਿ ਕੱਲ ਅੰਨਪੂਰਨਾ ਤੇ ਵੀ ਹੋਇਆ ਸੀ। ਹਾਂਜੀ ਸਰ, ਉਹਨਾਂ ਬਾਰੇ ਸਰ ਆਪਾਂ ਨੂੰ ਕੁਝ ਨਹੀਂ ਨੋਲੇਜ। ਕੀ ਮੰਗ ਕਰਦੇ ਨੇ ਬਾਈ? ਅਸੀਂ ਸਰ ਕੀ ਮੰਗ, ਅਸੀਂ ਤਾਂ ਇਹੀ ਕਹਾਂਗੇ ਜਲਦ ਤੋਂ ਜਲਦ ਜਿਹੜੇ ਅਪਰਾਧੀ ਫੜੇ ਜਾਣ। ਬਸ ਦੇਖੋ, ਦੇ ਚ FIR ਦਰਜ ਕਰ ਦਿੱਤੀ ਆ, ਸਾਡੀ ਤਫਤੀਸ਼ ਚੱਲਦੀ ਆ, ਹੁਣ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਅਲੱਗ ਅਲੱਗ ਐਂਗਲ ਤੋਂ ਟੈਕਨੀਕਲ ਤਰੀਕੇ ਨਾਲ ਇਹਨੂੰ ਬਹੁਤ ਜਲਦ ਟ੍ਰੇਸ ਕਰਕੇ ਦੋਸ਼ੀ ਸਖ਼ਤ ਕਾਰਵਾਈ ਕੀਤੀ ਜਾਊ। ਇਹਦੇ 'ਚ 3 ਆਦਮੀ ਸੀਗੇ ਜੀ, ਅਤੇ ਤਕਰੀਬਨ ਆਈਡੈਂਟੀਫਾਈ ਹੋ ਗਏ ਨੇ, ਅਤੇ ਸਾਡੀਆਂ ਟੀਮਾਂ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ, ਜਲਦ ਇਹਨਾਂ ਦਾ ਅਰੈਸਟ ਕਰਕੇ ਅਤੇ ਕਾਰਵਾਈ ਕਰ। ਬਸ ਤਫਤੀਸ਼ ਆ ਜੀ, ਹੁਣ ਜਿਹੜੀਆਂ ਹੈਗੀਆਂ ਲਾਗੇ ਛਾਗੇ ਜਿੰਨੇ ਵੀ ਸਾਡੇ ਸੀਸੀਟੀਵੀ ਕੈਮਰੇ ਹੋਰ ਟੈਕਨੀਕਲ ਸਾਈਬਰ ਸੈੱਲ ਸਾਰੇ ਦੀ ਹੈਲਪ ਨਾਲ ਹੀ ਇਹ ਕਾਰਵਾਈ ਕਰ ਰਹੇ ਹਾਂ।